ਹੁਣ ਕਿਹੜੀ ਗੱਲ ਆ ਹੁਣ ਤਾਂ ਯੂਪੀ ਦੀ ਹੱਥ ਪਈ ਦੂਜੀ ਗੱਲ ਮੈਂ ਦੱਸ ਦੇਣਾ ਯੂਪੀ ਦੀ ਇਲੈਕਸ਼ਨ ਆ ਗਈ ਬਰਾਬਰ ਪੰਜਾਬ ਦੇ 300 ਕਰੋੜ ਰੁਪਈਆ ਉਹਨਾਂ ਨੂੰ ਇਲੈਕਸ਼ਨ ਲਈ ਚਾਹੀਦਾ ਤੇ ਇਹਨਾਂ ਨੇ 10 ਸਾਲ ਅਕਾਲੀ ਦਲ ਬੀਜੇਪੀ ਨੇ ਬਥੇਰਾ ਲੁੱਟਿਆ ਹੋਇਆ ਹੈ ਤੇ ਉਹ ਜਿਹੜੀ ਆ ਇੱਥੇ ਮਿਸ਼ਰਾ ਜੀ ਉਹਨਾਂ ਦੇ ਜਿਹੜੇ ਇੰਚਾਰਜ ਨੇ ਤੇ ਦੂਜੇ ਰਾਜ ਸਭਾ ਦੇ ਐਮਪੀ ਨੇ ਉਹਨਾਂ ਨਾਲ ਅਕਾਲੀ ਦਲ ਨਾਲ ਗੱਲ ਹੋਈ ਡੀਲ ਹੋ ਗਈ ਉਹਨਾਂ ਨੂੰ ਫੌੜੀਆਂ ਚਾਹੀਦੀਆਂ ਸੀ ਵਿਸਾਖੀਆਂ ਦੇਖੋ ਨਾ ਦੋਨਾਂ ਦਾ ਫਾਇਦਾ ਹੋ ਗਿਆ ਨਾ ਚੋਰ ਚੋਰ ਮਸੇਰੇ ਬਾਈ ਜਿਵੇਂ ਕਹਿੰਦੇ ਆ ਉਹਨਾਂ ਨੂੰ ਫੌੜੀਆਂ ਮਿਲ ਗਈਆਂ ਸਹਾਰਾ ਮਿਲ ਗਿਆ ਅਕਾਲੀ ਦਲ ਨੂੰ ਇਹਨਾਂ ਨੂੰ ਪੈਸਾ ਮਿਲ ਗਿਆ ਫੰਡ ਮਿਲ ਗਿਆ ਨਹੀਂ ਇਹਨਾਂ ਨੇ ਅਕਾਲੀ ਦਲ 'ਚ ਕੀ ਕਰਨਾ ਲੋਕ ਕੋਈ ਜੇਬ 'ਚ ਤੁਸੀਂ ਇਹ ਜੇਬ 'ਚੋਂ ਪਾ ਕੇ ਕੱਢ ਕੇ ਦੇ ਦੇਣੀ ਆ ਅੱਜ ਸਭ ਤੋਂ ਪੜ੍ਹੇ ਲਿਖੇ ਲੋਕ ਸਾਡੇ ਐਸਸੀ ਵਰਗ ਦੇ ਨੇ ਬੀਸੀ ਵਰਗ ਦੇ ਨੇ ਉਹਨਾਂ ਨੂੰ ਸਭ ਪਤਾ ਗੁਰੂ ਗ੍ਰੰਥ ਸਾਹਿਬ ਨੂੰ ਉਹ ਵੀ ਮੰਨਣ ਵਾਲੇ ਆ ਨਸ਼ੇ ਨਾ ਪੁੱਤ ਉਹਨਾਂ ਦੇ ਵੀ ਤੁਸੀਂ ਮਾਰੇ ਆ ਤੇ ਇਸ ਕਰਕੇ ਬਿਲਕੁਲ BSP ਜੇ ਸਮਝ ਲਓ ਤੁਸੀਂ ਐਸਸੀ ਵਰਗ ਤੇ ਉਹ ਗਰੀਬ ਵਰਗ ਨੂੰ ਤੁਸੀਂ ਨਾਲ ਲਾ ਕੇ ਵੋਟਾਂ ਲੈ ਲਓਗੇ ਇਹ ਨਹੀਂ ਹੋਣਾ ਇਹ ਸੀਟਾਂ ਜਿਹੜੀਆਂ ਉਹ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਛੱਡ ਕੇ ਭੱਜ ਗਏ ਕਈਆਂ ਨੇ ਇਹ ਕੀ ਗੱਲ ਜੋੜੀ ਆ ਵੀ ਐਸਸੀ ਨਾਲ ਐਸਸੀ ਵਰਗ ਨਾਲ ਗੱਲ ਜੋੜੀ ਇਹ ਐਸਸੀ ਮਤਲਬ BSP ਹੋ ਗਈ ਮੈਨੂੰ ਇਹ ਕੋਈ ਸਮਝਾਵੇ ਐਸਸੀ ਵਰਗ ਮਤਲਬ BSP ਹੋ ਗਈ ਇਹਦੇ ਨਾਲ ਕਿਵੇਂ ਇਹ ਜੋੜਤੀ ਤੁਸੀਂ ਗੱਲ ਵੀ ਇਹ ਜਿਹੜੀਆਂ ਧਾਰਮਿਕ ਸੀਟਾਂ ਨੇ ਉਹ ਤਾਂ ਵਿੱਚੋਂ ਜਨਰਲ ਸੀਟਾਂ ਵੀ ਨੇ ਉਹਦੇ ਵਿੱਚੋਂ ਰਿਜ਼ਰਵ ਸੀਟਾਂ ਵੀ ਨੇ ਸਾਨੂੰ ਕਾਂਗਰਸ ਨੂੰ ਜਿਹੜੀ ਵੋਟ ਪੈਂਦੀ ਆ ਉਹ ਸਭ ਤੋਂ ਵੱਧ ਐਸਸੀ ਵਰਗ ਦੀ ਪੈਂਦੀ ਆ ਤੇ ਤੁਸੀਂ ਇਹ ਕਹਿ ਰਹੇ ਹੋ ਕਹਿਣ ਵਾਲੇ ਵੀ ਜਿਹੜਾ ਇਹ ਸੀਟਾਂ ਤੇ ਇਹ ਮੈਂ ਕਿਹਾ ਵੀ ਅਕਾਲੀ ਦਲ ਆ ਜਿਹੜਾ ਉਹ BSP ਨੂੰ ਛੱਡ ਗਿਆ BSP ਮਤਲਬ ਐਸਸੀ ਹੋ ਗਏ ਬੀਤੀ ਦਿਨੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੋਇਆ ਜਿਸ ਦੇ ਵਿੱਚ ਸੀਟਾਂ ਦੀ ਵੰਡ ਵੀ ਹੋਈ 117 ਦੇ ਵਿੱਚੋਂ ਬਸਪਾ ਦੇ ਖਾਤੇ ਅਕਾਲੀ ਦਲ ਨੇ 20 ਸੀਟਾਂ ਪਾਈਆਂ ਜਿਸ ਤੋਂ ਬਾਅਦ ਸਿਆਸਤ ਪੰਜਾਬ ਦੇ ਵਿੱਚ ਹੋਰ ਵੀ ਭੱਖ ਗਈ ਵੱਖ ਵੱਖ ਪਾਰਟੀਆਂ ਦੇ ਵੱਲੋਂ ਵੱਖ ਵੱਖ ਰਾਜਨੇਤਾਵਾਂ ਦੇ ਵੱਲੋਂ ਅਕਾਲੀ ਦਲ ਉੱਤੇ ਤੰਜ ਵੀ ਕਸੇ ਗਏ ਪਰ ਇਸੇ ਦੌਰ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਵੀ ਅਕਾਲੀ ਦਲ 'ਤੇ ਤੰਜ ਕੱਸ ਰਹੇ ਸੀ ਪਰ ਉਹ ਆਪਣੇ ਬਿਆਨ ਦੇ ਕੇ ਖੁਦ ਹੀ ਫਸ ਗਏ ਦਰਅਸਲ ਬੀਤੀ ਦਿਨੀ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਹੋਣ ਤੋਂ ਬਾਅਦ ਆਪਣੇ ਫੇਸਬੁੱਕ ਪੇਜ 'ਤੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਥਕ ਸੀਟਾਂ ਅਕਾਲੀ ਦਲ ਨੇ ਸਾਰੀਆਂ ਬਸਪਾ ਦੇ ਖਾਤੇ ਪਾ ਦਿੱਤੀਆਂ ਇੱਥੋਂ ਤੱਕ ਹੀ ਨਹੀਂ ਉਹਨਾਂ ਪੰਥਕ ਸੀਟਾਂ ਨੂੰ ਪਵਿੱਤਰ ਸੀਟਾਂ ਵੀ ਕਹਿ ਕੇ ਅਤੇ ਅਕਾਲੀ ਦਲ 'ਤੇ ਤੰਜ ਕਸੇ ਕਿ ਉਹਨਾਂ ਨੇ ਸਾਡੀਆਂ ਪਵਿੱਤਰ ਸੀਟਾਂ ਬਸਪਾ ਦੇ ਖਾਤੇ ਕਿਉਂ ਪਾ ਦਿੱਤੀਆਂ ਜਿਸ ਤੋਂ ਬਾਅਦ ਐਸਸੀ ਭਾਈਚਾਰਾ ਕਾਫੀ ਨਾਰਾਜ਼ ਹੋ ਗਿਆ ਰਵਨੀਤ ਸਿੰਘ ਬਿੱਟੂ ਕੋਲੋਂ ਹਾਲਾਂਕਿ ਅਗਲੇ ਦਿਨ ਰਵਨੀਤ ਸਿੰਘ ਬਿੱਟੂ ਨੇ ਆਪਣੇ ਉਸੇ ਫੇਸਬੁੱਕ ਪੇਜ 'ਤੇ ਬਿਆਨ ਜਾਰੀ ਕਰ ਆਪਣੇ ਬਿਆਨ ਦੀ ਮਾਫ਼ੀ ਜ਼ਰੂਰ ਮੰਗ ਲਈ ਅਤੇ ਇਹ ਵੀ ਕਹਿ ਦਿੱਤਾ ਕਿ ਮੇਰੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਪਰ ਰਵਨੀਤ ਸਿੰਘ ਬਿੱਟੂ ਦੇ ਵਾਸਤੇ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਹਰ ਪਾਸੇ ਅਤੇ ਹਰ ਪਾਰਟੀ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਦਾ ਵਿਰੋਧ ਹੋ ਰਿਹਾ ਹੈ ਭਾਜਪਾ ਵੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਫਰੰਟ ਫੁੱਟ 'ਤੇ ਹੈ ਪਰ ਦੂਜੇ ਪਾਸੇ ਐਸਸੀ ਕਮਿਸ਼ਨ ਦੇ ਵੱਲੋਂ ਵੀ ਰਵਨੀਤ ਸਿੰਘ ਬਿੱਟੂ ਦੀ ਇਸ ਟਿੱਪਣੀ 'ਤੇ ਸਖ਼ਤ ਨੋਟਿਸ ਲਿਆ ਗਿਆ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਸੁਣੋ ਕਿ ਸਭ ਤੋਂ ਪਹਿਲੇ ਬਿਆਨ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ ਸੀ ਦੇਖੋ ਇਹ ਇਦੋਂ ਮਾੜਾ ਗੱਲ ਪੰਜਾਬ ਲਈ ਕੀ ਹੋ ਸਕਦੀ ਹੈ ਇਹਦੇ ਵਿੱਚ ਮੈਂ ਮੋਟੀਆਂ 3 ਗੱਲਾਂ ਦੱਸ ਦਿੰਦਾ ਇਹਦੇ ਪਿੱਛੇ ਕੀ ਆ ਸਭ ਤੋਂ ਪਹਿਲੀ ਗੱਲ ਤਾਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਉਹਨੂੰ ਵਿਸਾਖੀਆਂ ਤੋਂ ਬਗੈਰ ਅਤੇ ਫੌੜੀਆਂ ਤੋਂ ਬਗੈਰ ਉਹ ਨਹੀਂ ਚੱਲ ਸਕਦਾ ਪਹਿਲਾਂ BSP ਦੇ ਨਾਲ ਸੀ ਫਿਰ ਉਹਨਾਂ ਨੇ ਵਿਸਾਖੀਆਂ ਖਿੱਚ ਲਈਆਂ ਫਿਰ ਚੰਗਾ ਲੁੱਟਿਆ 10 ਸਾਲ BJP ਦੀਆਂ ਵਿਸਾਖੀਆਂ ਫੌੜੀਆਂ ਕਲਚਿਸ ਲਾ ਕੇ ਜਦੋਂ ਹੁਣ BJP ਨੇ ਆਪਣੀਆਂ ਖਿੱਚ ਲਈਆਂ ਅਤੇ ਹੁਣ ਫਿਰ ਜਿਹੜੀਆਂ ਫੌੜੀਆਂ ਏ ਫਿਰ ਜਿਹੜਾ ਸਹਾਰਾ ਏ ਉਹ BSP ਦਾ ਫਿਰ ਲੱਭ ਲਿਆ ਏ ਮੈਂ ਮੰਨਦਾ ਇੱਕ ਗੱਲ ਵੀ ਜਿੰਨਾ ਚਿਰ ਕਾਂਸ਼ੀ ਰਾਮ ਜੀ ਸੀਗੇ ਪੰਜਾਬ ਦੀ ਉਹਨਾਂ ਦੇ ਮਨ 'ਚ ਦਰਦ ਵੀ ਸੀ ਉਹ ਗੱਲ ਵੀ ਕਰਦੇ ਸੀ ਹੁਣ ਕਿਹੜੀ ਗੱਲ ਆ ਹੁਣ ਤਾਂ ਯੂਪੀ ਦੀ ਪਈ ਦੂਜੀ ਗੱਲ ਮੈਂ ਦੱਸ ਦੇਣਾ ਯੂਪੀ ਦੀ ਇਲੈਕਸ਼ਨ ਆ ਗਈ ਬਰਾਬਰ ਪੰਜਾਬ ਦੇ 300 ਕਰੋੜ ਰੁਪਈਆ ਉਹਨਾਂ ਨੂੰ ਇਲੈਕਸ਼ਨ ਲਈ ਚਾਹੀਦਾ ਤੇ ਇਹਨਾਂ ਨੇ 10 ਸਾਲ ਅਕਾਲੀ ਦਲ BJP ਨੇ ਬਥੇਰਾ ਲੁੱਟਿਆ ਹੋਇਆ ਏ ਤੇ ਉਹ ਜਿਹੜੀ ਆ ਇੱਥੇ ਮਿਸ਼ਰਾ ਜੀ ਉਹਨਾਂ ਦੇ ਜਿਹੜੇ ਇੰਚਾਰਜ ਨੇ ਤੇ ਦੂਜੇ ਰਾਜ ਸਭਾ ਦੇ MP ਨੇ ਉਹਨਾਂ ਨਾਲ ਅਕਾਲੀ ਦਲ ਨਾਲ ਗੱਲ ਹੋਈ ਡੀਲ ਹੋ ਗਈ ਉਹਨਾਂ ਨੂੰ ਫੌੜੀਆਂ ਚਾਹੀਦੀਆਂ ਸੀ ਵਿਸਾਖੀਆਂ ਦੇਖੋ ਨਾ ਦੋਨਾਂ ਦਾ ਫਾਇਦਾ ਹੋ ਗਿਆ ਨਾ ਚੋਰ ਚੋਰ ਮਸੇਰੇ ਬਾਈ ਜਿਵੇਂ ਕਹਿੰਦੇ ਆ ਉਹਨਾਂ ਨੂੰ ਫੌੜੀਆਂ ਮਿਲ ਗਈਆਂ ਸਹਾਰਾ ਮਿਲ ਗਿਆ ਅਕਾਲੀ ਦਲ ਨੂੰ ਇਹਨਾਂ ਨੂੰ ਪੈਸਾ ਮਿਲ ਗਿਆ ਫੰਡ ਮਿਲ ਗਿਆ ਨਹੀਂ ਇਹਨਾਂ ਨੇ ਅਕਾਲੀ ਦਲ 'ਚ ਕੀ ਕਰਨਾ ਹੈ ਮੈਨੂੰ ਇਹ ਸਮਝਾਓ ਦੂਜੀ ਗੱਲ ਜਿਹੜੇ ਲੀਡਰ ਖਤਮ ਕਰਨੇ ਸੀ ਅਕਾਲੀ ਦਲ ਨੇ ਆਪਦੇ ਉਹ ਇਹ ਟਿਕਟਾਂ ਦੇ ਕੇ ਖਤਮ ਕਰਤੇ BSP ਨੂੰ ਬਾਕੀ ਤਾਂ ਛੱਡ ਗਏ ਇੱਕ ਪ੍ਰੇਮ ਸਿੰਘ ਚੰਦੂ ਮਾਜਰਾ ਸਤਿਕਾਰਯੋਗ ਸਾਡੇ ਉਹ ਇੱਕ ਇਹ ਪਾਰਟੀ 'ਚ ਸਭ ਤੋਂ ਵੱਡੇ ਲੀਡਰ ਸੀ ਉਹਨਾਂ ਦੇ ਬੇਟੇ MLA ਨੇ ਪਰ ਉਹਨਾਂ ਦੀ ਬਹੁਤ ਚਿਰ ਤੋਂ ਇਹ ਸੀ ਵੀ ਮੈਂ ਇਲੈਕਸ਼ਨ ਜਿਹੜੀ ਮੋਹਾਲੀ ਤੋਂ ਲੜਾਂ ਉਹ ਲਗਾਤਾਰ ਇੰਚਾਰਜ ਵੀ ਸਭ ਕੁਛ ਉਹ ਮੋਹਾਲੀ ਸੀਟ ਜਾਣ ਬੁੱਝ ਕੇ ਵੀ ਚੰਦੂ ਮਾਜਰਾ ਜੀ ਨੂੰ ਪਰੇ ਕਰੀਏ ਸਾਈਡ ਕਰੀਏ ਅਤੇ BSP ਨੂੰ ਸਮਝੌਤੇ ਛੱਡਤੀ
अज उन्होंने दिल्ली जाने। दूजी गल उन्होंने पार्लीमेंट हलका जो चंदू माजरा जी का उस सब तो कहते पंथक असी जेडे पार्टी है सब तो पवित्र धरती तख्त साडा श्री आनंदपुर साहब वह सीट है जिहड़ी वह भी आनंदपुर साहब पार्लीमेंट हल्के चंदूमाजरा दी आउंदी चंदूमाजरा जी दी आउंदी सी वह सीट है जिहड़ी वह भी बीएसपी नूं देती। फिर साडी पवित्र धरती साहिबजादियां दी चमकौर साहब वह भी आनंदपुर साहब सीट च आउंदी चंदूमाजरा जी दे वह चमकौर साहब सीट है जिहड़ी वह भी देती। पवित्र सीटां जिहड़ियां वह सारियां सीटां जिहड़ियां वह बीएसपी नूं दित्तियां। तो दूजी गल यार तुसी एडे तुसी गमराह करदे हो, मतलब जे तुसी सोचदे हो वी बीजेपी नाल समझौता कर लिया असी पंथक सिख ते बीजेपी नाल हिंदू वोटां लै लांगे, चलो हुण उह गईआं हुण बीएसपी नाल असी एससी वोटां लै लांगे। ओए ऐ लोक पंजाब दे तुसी की समझदे हो लोकां नूं, लोक कोई जेब च तुसी इह जेब चों पा के कढ के दे देणीआं। अज सब तों पढ़े लिखे लोग साडे एससी वर्ग दे ने बीसी वर्ग दे ने उहनां नूं सब पता गुरु ग्रंथ साहिब नूं उह वी मन्नण वाले आ, नशे ना पुत उन्हां दे भी तुसी मारे आ। ते इस करके बिल्कुल बीएसपी जे समझ लो तुसी एससी वर्ग ते ओ गरीब वर्ग नूं तुसी नाल ला के वोटां लै लोगे, ये नहीं होना। बिल्कुल इस भुलेखा छड्ड दो। हाँ फौड़ियां तुहानूं जरूर मिल गईआं जिहड़ा तुसी डिगदे धक्के खांदे फिरदे सी, ओ फौड़ियां ला के तुसी पंजाब च थोड़ा बहुता चल लोगे भज लोगे तुर लोगे, इदू बाद तुहानूं कोई फायदा नहीं। तुसी बिल्कुल मत सोचो भी असी बीजेपी ना हिंदू वोट लै लांगे बीएसपी ना एससी वोट लै लांगे। ये जमाने चले गए, ये गुमराह करने वाली पार्टियां दे दिन ने जिहड़े वो बिल्कुल चले गए। तो सब तो करप्ट जे कोई दो पार्टियां उन्हां दा मेल होया, सब तो वध सीबीआई दे सब तो वध केस ने तो भैण साडी मायावती ते आ, ते जे सब तो वध केस ने बेअदबी दे नशे दे ते वो अकाली दल ते ने। ते इस करके बड़ा एक इहनूं कह सकदे आ बड़ा जिवें कहिंदे ना कोई पवित्र अलायंस होली अलायंस हुंदा, यह सब तो जे समझिए कोई पापला तो सब तो माड़ा अलायंस होया ते ये देश दे विच होया। ਅਤੇ ਹੁਣ ਸੁਣੋ ਕਿ ਦੂਜੀ ਵੀਡੀਓ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਮਾਫੀ ਵੀ ਮੰਗੀ ਅਤੇ ਕਿਹਾ ਕਿ ਉਹਨਾਂ ਦੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ। ਮੈਨੂੰ ਅੱਜ ਕਈ ਟੈਲੀਫੋਨ ਵੀ ਆਏ ਤੇ ਕਈਆਂ ਨਾਲ ਮੇਰੀ ਗੱਲ ਹੋਈ। ਮੈਂ ਪਰਸੋਂ ਜਦੋਂ ਬੀਐਸਪੀ ਤੇ ਅਕਾਲੀ ਦਲ ਦਾ ਸਮਝੌਤਾ ਹੋਇਆ ਸੀ ਇਹ ਗੱਲ ਕਹੀ ਸੀ ਬਈ ਜਿਹੜੀਆਂ ਅਕਾਲੀ ਦਲ ਨੇ ਇੱਕ ਪੰਥਕ ਪਾਰਟੀ ਹੋਣ ਨਾਤੇ, ਮੈਂ ਗੱਲ ਇਹ ਕਹੀ ਸੀ ਵੀ ਪੰਥਕ ਪਾਰਟੀ ਹੋਣ ਨਾਤੇ ਅੱਜ ਹਾਲਾਤ ਇਹ ਆ ਗਏ ਵੀ ਉਹ ਪੰਥਕ ਸੀਟਾਂ ਜਿਹੜੀਆਂ ਨੇ ਚਾਹੇ ਉਹ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ ਹੋਵੇ, ਚਾਹੇ ਉਹ ਸ੍ਰੀ ਕਰਤਾਰਪੁਰ ਸਾਹਿਬ ਹੋਵੇ, ਚਾਹੇ ਉਹ ਆਪਣੀ ਮੋਹਾਲੀ ਦੀ ਗੱਲ ਕਰੀਏ, ਚਾਹੇ ਆਪਣੀ ਸ੍ਰੀ ਚਮਕੌਰ ਸਾਹਿਬ ਦੀ ਗੱਲ ਕਰੀਏ, ਇਹ ਸੀਟਾਂ ਜਿਹੜੀਆਂ ਉਹ ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਛੱਡ ਕੇ ਭੱਜ ਗਏ। ਕਈਆਂ ਨੇ ਇਹ ਕੀ ਗੱਲ ਜੋੜੀ ਆ ਵੀ ਐਸਸੀ ਨਾਲ ਐਸਸੀ ਵਰਗ ਨਾਲ ਗੱਲ ਜੋੜੀ, ਇਹ ਐਸਸੀ ਮਤਲਬ ਬੀਐਸਪੀ ਹੋ ਗਈ? ਮੈਨੂੰ ਇਹ ਕੋਈ ਸਮਝਾਵੇ ਐਸਸੀ ਵਰਗ ਮਤਲਬ ਬੀਐਸਪੀ ਹੋ ਗਈ? ਇਹਦੇ ਨਾਲ ਕਿਵੇਂ ਇਹ ਜੋੜਤੀ ਤੁਸੀਂ ਗੱਲ ਵੀ ਇਹ ਜਿਹੜੀਆਂ ਧਾਰਮਿਕ ਸੀਟਾਂ ਨੇ ਉਹ ਤਾਂ ਵਿੱਚੋਂ ਜਨਰਲ ਸੀਟਾਂ ਵੀ ਨੇ, ਉਹਦੇ ਵਿੱਚੋਂ ਰਿਜ਼ਰਵ ਸੀਟਾਂ ਵੀ ਨੇ, ਤੁਸੀਂ ਐਸਸੀ ਵਰਗ ਨਾਲ ਕਿਵੇਂ ਗੱਲ ਜੋੜਤੀ? ਉਹ ਵੀ ਮੇਰੇ ਵਰਗੇ ਜਿਨ੍ਹਾਂ ਦੇ ਦਾਦਾ ਜੀ ਸਰਦਾਰ ਬੇਅੰਤ ਸਿੰਘ ਜੀ, ਜੇ ਉਹਨਾਂ ਦੇ ਨਾਲ ਕੋਈ ਸਾਰੀ ਲੰਬੀ ਉਮਰ ਜੀ ਨੇ ਕੱਢੀ ਆ ਢਾਲ ਬਣ ਕੇ, ਸਰਦਾਰ ਮਲਕੀਤ ਸਿੰਘ ਦਾਖਾ ਜਿਹੜੇ ਕਿ ਇੱਕ ਐਸਸੀ, ਉਹਨਾਂ ਦੇ ਨਾਲ ਅੱਤਵਾਦ ਵੇਲੇ ਚੰਗੇ ਮਾੜਿਆਂ ਸਮਿਆਂ ਵੇਲੇ ਤੁਸੀਂ ਸਾਰੇ ਜਾਣਦੇ ਹੋ ਸਰਦਾਰ ਮਲਕੀਤ ਸਿੰਘ ਦਾਖਾ ਰਹੇ, ਜਿਹੜੇ ਕਿ ਬਿਲਾਸਪੁਰ ਪਿੰਡ ਦੇ ਸੇਮ ਪਿੰਡ ਦੇ ਸੀ। ਉਦੋਂ ਬਾਅਦ ਜੇ ਅੱਜ ਪਾਇਲ ਹਲਕੇ ਦੀ ਗੱਲ ਕਰ ਲਈਏ ਜਿਹੜਾ ਕਿ ਇੱਕ ਰਿਜ਼ਰਵ ਹਲਕਾ ਹੋ ਗਿਆ, ਉਦੋਂ ਬਾਅਦ ਸਾਡੇ ਨਾਲ ਰਹੇ ਤੇ ਮੇਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਲੁਧਿਆਣੇ ਤੋਂ ਲਖਵੀਰ ਸਿੰਘ ਲੱਖਾ, ਅੱਜ ਦੋ ਵਾਰ ਇਲੈਕਸ਼ਨ ਲੜੇ ਤੇ ਅੱਜ MLA ਨੇ ਜਿੱਥੇ ਸਾਡਾ ਜੱਦੀ ਪਿੰਡ ਕੋਟਲੀ ਪੈਂਦਾ ਹੈ। ਤੇ ਤੁਸੀਂ ਬੀਐਸਪੀ ਨੂੰ ਐਸਸੀਆਂ ਨਾਲ ਬਣਾਤਾ, ਉਹ ਐਸਸੀ ਤਾਂ ਮੈਂ ਕਿਹਾ ਵੀ ਇਹ ਤੁਸੀਂ ਐਸਸੀ ਪਰਿਵਾਰਾਂ ਨੂੰ ਗੁਮਰਾਹ ਕਰ ਲਓਗੇ ਜਿਹੜੇ ਸਭ ਤੋਂ ਅੱਜ ਪੜ੍ਹੇ ਲਿਖੇ ਪਰਿਵਾਰ ਨੇ, ਅੱਜ ਸਭ ਤੋਂ ਮਿਹਨਤੀ ਪਰਿਵਾਰ ਨੇ। ਜੇ ਅਕਾਲੀ ਦਲ ਬੀਐਸਪੀ ਨਾਲ ਸਮਝੌਤਾ ਕਰਕੇ ਮਤਲਬ ਐਸਸੀ, ਮੈਂ ਬਹੁਤ ਜਿਨ੍ਹਾਂ ਨੇ ਵੀ ਕਿੰਤੂ ਪਰੰਤੂ ਇਸ ਤੇ ਕੀਤਾ ਹੈ, ਮੈਂ ਬਹੁਤ ਇਸ ਗੱਲ ਨਾਲ ਮੈਂ ਸਮਝਦਾ ਮੈਨੂੰ ਦੁੱਖ ਵੀ ਲੱਗਿਆ, ਬੁਰਾ ਵੀ ਲੱਗਿਆ ਵੀ ਕਿੱਧਰ ਨੂੰ ਗੱਲ ਕਿੱਧਰ ਕਮਾ ਲੈਂਦੇ ਆ। ਮੈਂ ਇਹ ਗੱਲ ਕਹੀ ਵੀ ਅੱਜ ਅਕਾਲੀ ਦਲ, ਨਾ ਮੈਂ ਬੀਐਸਪੀ ਦੀ ਗੱਲ ਕੀਤੀ, ਨਾ ਮੈਂ ਉੱਥੇ ਐਸਸੀ ਹਿੰਦੂ ਸਿੱਖ ਜਨਰਲ ਕੈਟਾਗਰੀ ਦੀ ਕਿਸੇ ਦੀ ਗੱਲ ਕੀਤੀ, ਮੈਂ ਇਹ ਗੱਲ ਕੀਤੀ ਵੀ ਅੱਜ ਅਕਾਲੀ ਦਲ, ਇਹ ਨਹੀਂ ਮਤਲਬ ਜੇ ਉਹ ਬੀਐਸਪੀ ਨੂੰ ਸੀਟ ਦੇ ਗਏ ਛੱਡ ਗਏ ਇਹਦਾ ਮਤਲਬ ਬੀਐਸਪੀ ਮਤਲਬ ਐਸਸੀ ਹੋ ਗਿਆ, ਇਹ ਕਿਹਨੇ ਤੁਹਾਨੂੰ ਦੱਸਤਾ? ਇਹਨਾਂ ਨੂੰ ਤਾਂ ਅੱਧੇ ਪਰਸੈਂਟ ਵੋਟ ਵੀ ਪੈਂਦੀ ਨਹੀਂ ਕਿ ਐਸਸੀ ਵਰਗ ਦੀ ਬੀਐਸਪੀ ਨੂੰ, ਤਾਂ
ਸਾਨੂੰ ਕਾਂਗਰਸ ਨੂੰ ਜਿਹੜੀ ਵੋਟ ਪੈਂਦੀ ਆ ਉਹ ਸਭ ਤੋਂ ਵੱਧ 80 ਵਰਗ ਦੀ ਪੈਂਦੀ ਆ ਤੇ ਤੁਸੀਂ ਇਹ ਕਹਿ ਰਹੇ ਹੋ ਕਹਿਣ ਵਾਲੇ ਵੀ ਜਿਹੜਾ ਇਹ ਸੀਟਾਂ ਤੇ ਇਹ ਮੈਂ ਕਿਹਾ ਵੀ ਅਕਾਲੀ ਦਲ ਆ ਜਿਹੜਾ ਉਹ BSP ਨੂੰ ਛੱਡ ਗਿਆ BSP ਮਤਲਬ SC ਹੋ ਗਏ ਇਹ ਬਹੁਤ ਛੋਟੀ ਸੋਚ ਦੀ ਗੱਲ ਕੀਤੀ ਆ ਮੈਂ ਇਹ ਗੱਲ ਕਹੀ ਆ ਵੀ ਅਕਾਲੀ ਦਲ ਫਿਰ ਮੈਂ ਦੁਬਾਰਾ ਸਮਝਾਉਣਾ ਚਾਹੁੰਦਾ ਕਹਿਣਾ ਚਾਹੁੰਦਾ ਅਕਾਲੀ ਦਲ ਜਿਹੜਾ ਇੱਕ ਪੰਥਕ ਆਪਣੇ ਆਪ ਨੂੰ ਕਹਿੰਦਾ ਸੀ ਜਿਹੜਾ ਆਪਣੇ ਆਪ ਨੂੰ ਧਾਰਮਿਕ ਜਿਹੜੀ ਪਾਰਟੀ ਕਹਿੰਦਾ ਸੀ ਵੀ ਉਹ ਪਾਰਟੀ ਅੱਜ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਚਮਕੌਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਮੋਹਾਲੀ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਂ ਤੇ ਆ ਉਹ ਸਾਰੀਆਂ ਸੀਟਾਂ ਛੱਡ ਕੇ ਭੱਜ ਗਏ ਇਹਦਾ ਮਤਲਬ ਇਹ ਕੱਢ ਲਿਆ ਵੀ ਤੁਸੀਂ ਕਹਿ ਰਹੇ ਹੋ ਜੇ BSP ਨੂੰ ਦੇਗੇ BSP ਮਤਲਬ SC ਇਹ ਬਿਲਕੁਲ ਬਹੁਤ ਹੀ ਮੈਂ ਸਮਝਦਾ ਇਹ ਮੇਰੇ ਲਫ਼ਜ਼ਾਂ ਨੂੰ ਜਿਹੜੀ ਆ ਉਹ ਆਪਣੀ ਮਰਜ਼ੀ ਆਪਣੀ ਸੋਚ ਨਾਲ ਉਹਨਾਂ ਨੇ ਉਹਨੂੰ ਢਾਲ ਲਿਆ ਪਰ BSP ਮਤਲਬ SC ਨਹੀਂ ਹਰ ਪਾਰਟੀ ਜਿੱਥੇ ਜਿੱਥੇ ਰਿਜ਼ਰਵ ਜਿੱਥੇ ਜਿੱਥੇ ਜਨਰਲ OBC ਸਾਰੀਆਂ ਪਾਰਟੀਆਂ ਸਭ ਨੂੰ ਟਿਕਟਾਂ ਦਿੰਦੀਆਂ ਤੇ ਅਸੀਂ ਲੋਕ ਮੇਰਾ ਪਰਿਵਾਰ ਜੇ ਮੈਂ ਗੱਲ ਕਰਾਂ ਤੇ ਅੱਜ ਤੱਕ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਖੇਡੇ ਸਿਆਸਤ ਸਿੱਖੀ ਗੁੜਤੀ ਮਲਕੀਤ ਸਿੰਘ ਡਾਕਾ ਜੀ ਉਹਨਾਂ ਤੋਂ ਸਿੱਖੀ ਆ ਮੈਂ ਤੇ ਗੁਰਕੀਰਤ ਸਿੰਘ ਤੇ ਅੱਜ ਸਾਡਾ ਸਭ ਤੋਂ ਜ਼ਿਆਦਾ ਦੋਸਤ ਸਾਡਾ ਨਾਲ ਦਾ ਸਾਥੀ MLA ਸਾਡੇ ਪਿੰਡ ਤੋਂ ਉਹ ਲਖਵੀਰ ਸਿੰਘ ਲੱਖਾ ਤੇ ਮੈਂ ਸਮਝਦਾ ਇਹ ਗੱਲ ਬਹੁਤ ਹੀ ਛੋਟੀ ਗੱਲ ਕੀਤੀ ਆ ਬਹੁਤ ਹੀ ਮਾੜੀ ਗੱਲ ਕੀਤੀ ਆ ਤੇ ਮੈਂ ਸਮਝਦਾ ਇਹ ਛੋਟੀ ਸਮਝ ਦਾ ਨਤੀਜਾ ਹੈ ਜਿਹਨੇ ਇਹ ਗੱਲ ਕੀਤੀ ਆ ਮੈਂ ਬਾਰ ਬਾਰ ਇਹ ਗੱਲ ਕਹਿਣਾ ਵੀ ਇਹ ਸੀਟਾਂ ਵਿੱਚੋਂ ਜਨਰਲ ਸੀਟਾਂ ਵੀ BSP ਨੂੰ ਦਿੱਤੀਆਂ ਰਿਜ਼ਰਵ ਸੀਟਾਂ ਵੀ ਦਿੱਤੀਆਂ ਹਰ ਪਾਰਟੀ ਜਨਰਲ ਤੇ ਵੀ ਲੜਦੀ ਆ ਰਿਜ਼ਰਵ ਤੇ ਵੀ ਲੜਦੀ ਆ ਇਹ ਸੀਟਾਂ ਮੇਰਾ ਕਹਿਣ ਦਾ ਭਾਵ ਇਹ ਸੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਕਰਾਤੀ ਅਕਾਲੀ ਦਲ ਨੇ ਆਪਣੇ ਰਾਜ ਵੇਲੇ ਅੱਜ ਉਹ ਸੀਟਾਂ ਤੇ ਕਿਹੜੇ ਮੂੰਹ ਨਾਲ ਲੜੇ ਬਹੁਤ ਚੰਗੀ ਗੱਲ ਆ BSP ਨੂੰ ਦਿੱਤੀ BSP ਨੇ ਵੀ ਜਿਹੜੀਆਂ ਆਪਣੀ ਮਰਜ਼ੀ ਨਾਲ SC ਟਿਕਟਾਂ ਵੀ ਦੇਣੀਆਂ ਉਹਨਾਂ ਨੇ ਜਨਰਲ ਟਿਕਟਾਂ ਵੀ ਦੇਣੀਆਂ ਤੇ ਜਿਹੜੇ ਮਿਸ਼ਰਾ ਸਾਹਿਬ ਆਏ ਸੀ ਉਹ ਤਾਂ ਆਪ ਇੱਕ ਹੋਰ ਕਾਸਟ ਦੇ ਉਹ SC ਤਾਂ ਹੈ ਨਹੀਂ ਤੇ ਮਾਇਆਵਤੀ ਜੇ ਇਲੈਕਸ਼ਨ ਲੜਦੀ ਆ UP ਦੇ ਵਿੱਚੋਂ BSP ਲੜਦੀ ਆ ਉਹ ਉੱਥੇ ਸਾਰੇ ਜਨਰਲ ਸੀਟਾਂ ਤੇ ਵੀ ਲੜਦੀ ਆ ਜਨਰਲ ਕੈਂਡੀਡੇਟ ਖੜਾ ਕਰਦੀ ਆ ਤੇ ਰਿਜ਼ਰਵ ਸੀਟਾਂ ਤੇ ਵੀ ਲੜਦੇ ਆ ਇਹ 'ਚ ਕੀ ਗੱਲ ਹੋ ਗਈ ਇਸ ਕਰਕੇ ਇਹ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਮੇਰੇ ਸਾਰੇ ਜਿਨ੍ਹਾਂ ਨੇ ਇਸ ਗੱਲ ਨੂੰ ਗਲਤ ਤਰੀਕੇ ਨਾਲ ਇਹ ਪਾਈ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹ ਮੇਰਾ ਕਹਿਣ ਦਾ ਨਾ SC ਵਰਗ ਨਾ ਜਨਰਲ ਵਰਗ ਦੀ ਕੋਈ ਗੱਲ ਸੀ ਮੇਰੀ ਗੱਲ ਇਹ ਸੀ ਵੀ ਅਕਾਲੀ ਦਲ ਪੰਥਕ ਜਿਹੜੀ ਪਾਰਟੀ ਆਪਣਿਆਂ ਨੂੰ ਕਹਿੰਦੀ ਆ ਉਹ ਸੀਟਾਂ ਛੱਡ ਕੇ ਭੱਜ ਗਈ ਉਹ ਸੀਟਾਂ ਤੋਂ ਬਿਲਕੁਲ ਉਹ ਮਤਲਬ ਇੱਕ ਤਰ੍ਹਾਂ ਦਾ ਕਿਨਾਰਾ ਕਰ ਗਈ ਜਿਹੜੀਆਂ ਕਿ ਗੁਰੂ ਨਾਲ ਨਾਂ ਜੁੜੇ ਹੋਏ ਸੀਟਾਂ ਹੈ BSP ਲੜੇ ਉੱਥੋਂ SC ਕੈਂਡੀਡੇਟ ਖੜਾ ਕਰੇ ਜਨਰਲ ਕੈਂਡੀਡੇਟ ਖੜਾ ਕਰੇ ਉਹ ਉਹਨਾਂ ਦੀ ਸਮਝੌਤੇ ਦੀ ਗੱਲ ਆ ਪਰ ਕਿਸੇ ਦੀ ਸੀਟਾਂ ਦੇ ਨਾਲ ਪਾਰਟੀਆਂ ਦੇ ਨਾਲ ਕਿਸੇ ਧਰਮ ਨੂੰ ਜੋੜਨਾ ਇਹ ਮੈਂ ਸਮਝਦਾ ਬਹੁਤ ਹੀ ਬਚਪਨ ਵਾਲੀ ਗੱਲ ਆ ਤੇ ਜੇ ਕਾਂਗਰਸ ਪਾਰਟੀ ਅੱਜ ਤੱਕ ਰਹੀ ਆ ਜੇ ਕਾਂਗਰਸ ਪਾਰਟੀ ਅੱਜ ਤੱਕ ਸੱਤਾ 'ਚ ਜਾਂ ਕਿਸੇ ਵੀ ਸਟੇਜ ਤੇ ਤਕੜੀ ਹੋਈ ਆ ਤਾਂ ਉਹ ਹਮੇਸ਼ਾ ਵੱਧ ਤੋਂ ਵੱਧ SC ਵਰਗ ਨੇ BC ਵਰਗ ਨੇ ਬਾਕੀ ਵੀ ਸਾਰੇ ਜਨਰਲ ਵਰਗ ਨੇ ਬਹੁਤ ਵੱਡਾ ਰੋਲ ਆ ਜਿਹੜਾ ਉਹ ਰਿਹਾ ਹੈ ਚਾਹੇ ਮੈਂ ਆਪਣੀ ਜਿੱਤ ਦੀ ਗੱਲ ਕਰਾਂ ਉਨੀਆਂ ਹੀ ਰਿਜ਼ਰਵ ਸੀਟਾਂ ਹੁੰਦੀਆਂ ਹੈ ਉਨੀਆਂ ਹੀ ਜਨਰਲ ਸੀਟਾਂ ਹੁੰਦੀਆਂ ਪਾਰਲੀਮੈਂਟ ਹਲਕੇ 'ਚ ਇਸ ਕਰਕੇ ਜਿਹੜਾ ਜਾਤ ਦੀ ਜਿਹੜਾ ਬਰਾਦਰੀ ਦੀ ਪੋਲੀਟਿਕਸ ਕਰੂਗਾ ਮੈਨੂੰ ਲੱਗਦਾ ਉਹਦਾ ਕੋਈ ਵੀ ਥਾਂ ਨਹੀਂ ਗਾ ਜੇ ਉਹ ਕੋਸ਼ਿਸ਼ ਵੀ ਕਰੂਗਾ ਤਾਂ ਲੋਕ ਉਹਦਾ ਮੂੰਹ ਤੋੜ ਜਵਾਬ ਦੇਣਗੇ ਧੰਨਵਾਦ ਤਾਂ ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਤੋਂ ਬਾਅਦ ਸਿਆਸਤ ਪੱਖੀ ਹੈ ਅਤੇ ਰਵਨੀਤ ਸਿੰਘ ਬਿੱਟੂ ਇਸ ਦੇ ਵਿੱਚ ਆਪਣਾ ਬਿਆਨ ਜਾਰੀ ਕਰਕੇ ਫਸ ਗਏ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਇਹ ਤਾਂ ਵਕਤ ਹੀ ਦੱਸੇਗਾ ਬਿਊਰੋ ਰਿਪੋਰਟ ਲੁਧਿਆਣਾ ਟਾਈਮਸ